ਘਸ ਜਾਏਗਾ ਨਾ ਵਿੰਗਾ ਹੋਏਗਾ ਨਾ ਟੁੱਟੇਗਾ ਜੀ। ਆਹ ਪਲੇਟ ਲੱਗੀ ਹੋਈ ਹੌਲੀ ਆ, ਪਤਾ ਨੀ ਕਿਹਦੀ ਹੁੱਕ ਬਣੀ ਆ ਜੀ। ਆਹ ਵੇਖੋ ਵਕਫਾ ਪੈ ਗਿਆ, ਪਿੱਛੇ ਨੂੰ ਖਿੱਚੀ ਗਈ ਆ। ਵਾਲੇਕੁਮ ਜੀ, ਆਪਦੇ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਜੀ। ਬਹੁਤ ਸਾਰੇ ਦੋਸਤ ਪਰੇਸ਼ਾਨ ਨੇ ਜੀ, ਹੁੱਕ ਲੈ ਲਈ ਦੀ ਅਸੀਂ ਬਾਜ਼ਾਰ ਤੋਂ, ਤੇ ਉਹ ਜਿਹੜੀ ਹੁੱਕ ਆ ਉਹ ਟੁੱਟ ਜਾਂਦੀ ਆ, ਸਾਡੇ ਹੰਡਰਡ ਵਾ ਉਹਦੇ ਚ ਮਸਲਾ ਕਰਦੀ ਆ, ਤੇ ਹੁੱਕ ਜਿਹੜੀ ਤਿਆਰ ਹੋ ਰਹੀ ਆ ਜੀ, ਇਸ ਹੁੱਕ ਦੀ ਗਰੰਟੀ ਕੀ ਆ, ਔਰ ਤੁਸੀਂ ਇਸ ਹੁੱਕ ਦੇ ਉੱਤੇ ਜਿਹੜਾ ਨਾ ਜੀ ਕਿਸ ਤਰ੍ਹਾਂ ਤੁਹਾਡੇ ਜਿਹੜਾ ਬੰਨਾ ਉਹ ਤੁਸੀਂ ਫਾਇਦਾ ਸਾਰੀ ਜ਼ਿੰਦਗੀ ਲੈ ਸਕਦੇ ਹੋ। ਉਹ ਜਿਹੜੀ ਹੁੱਕ ਵਾ ਉਹ ਵੀ ਤਿਆਰ ਹੋ ਰਹੀਆਂ ਵਾ, ਇਹ ਪਰਲੀ ਸ਼ਾਇਦ 260 ਖੜਾ ਵੀ ਤੁਹਾਨੂੰ ਚੈੱਕ ਕਰਵਾਉਂਦੇ ਆ, ਆਹ 240 ਆ ਜੀ, ਇਹ 40 ਵਾਸਤੇ ਤਿਆਰ ਕੀਤੀ ਆ। ਗੱਲ ਕਰਦੇ ਆ, ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਸਲਾਮ ਜੀ। ਭਾਈ ਕੀ ਹਾਲ ਚਾਲ ਆ? ਅਲਹਮਦੁਲਿਲਾ ਜੀ, ਠੀਕ ਠਾਕ। ਭਾਈ ਕਿਉਂ ਇੰਨਾ ਜ਼ੋਰ ਲਾਈ ਜਾ ਰਿਹਾ? ਭਾਈ ਜ਼ੋਰ ਲਾਵਾਂਗੇ ਤੇ ਹੋ ਕੇ ਚੱਲੇਗੀ। ਚਲੋ ਫੇਰ ਠੀਕ ਆ। ਇਹ ਹੁੱਕ ਭਾਈ ਕਿਹੜੇ ਟਰੈਕਟਰ ਵਾਸਤੇ ਤਿਆਰ ਕੀਤੀ? ਇਹ ਭਾਈ 240 ਨੂੰ ਵੀ ਲੱਗਦੀ, 260 ਨੂੰ ਵੀ ਲੱਗਦੀ ਆ। ਅੱਛਾ, 60-40 ਦੋਨਾਂ ਵਾਸਤੇ? ਹਾਂਜੀ ਸਹੀ। ਇਹ ਨਾ ਜੀ ਬੜੀ ਮਜ਼ਬੂਤ ਹੁੱਕ ਅਸੀਂ ਬਣਾਈ ਆ, ਆਹ 2 ਇੰਚ ਮੋਟੀ ਡੀ ਲਾਈ ਅਸੀਂ ਆ ਜਿਹੜੀ। ਹਾਂਜੀ, ਤੇ ਅਕਸਰ ਨਾ ਜੀ ਆ ਮੈਂ ਤੁਹਾਨੂੰ ਚੈੱਕ ਕਰਾਉਣਾ, ਇਥੋਂ ਇਹ ਪਿੱਛੇ ਨੂੰ ਖਿੱਚੀ ਜਾਂਦੀ ਜਦੋਂ ਗੱਡੀ ਉੱਠਦੀ ਆ ਨਾ, ਇਥੋਂ ਪਿੱਛੇ ਨੂੰ ਖਿੱਚੀ ਜਾਂਦੀ, ਅਸੀਂ ਉਹਨੂੰ ਮੱਦੇ ਨਜ਼ਰ ਰੱਖਦੇ ਆ, ਪਲੇਟ ਮੋਟੀ ਲਾਈ ਜਦੋਂ ਨਾ ਡੀਆਂ ਵੈਲਡ ਕੀਤੀਆਂ। ਸਹੀ ਹੋ ਗਿਆ। ਤੇ ਐਕਸਲ ਪਾਇਆ ਜੀ, ਐਕਸਲ ਦੀ ਪਿੰਨ ਪਾਈ ਅਸੀਂ। ਦਿਖਾਓ ਹਾਂ ਕਿਹੜਾ ਐਕਸਲ ਆ? ਐਕਸਲ ਬਹਾਲੀ ਆ ਰਹੇ ਉਹ ਆ ਗਿਆ ਜੀ ਐਕਸਲ। ਇਹ ਬੈਡਫੋਰਡ ਦਾ ਐਕਸਲ ਆ ਜੀ, ਪਿਛਲੇ ਪਈ ਵਾਲਾ। ਅੱਛਾ ਜੀ, ਬੜਾ ਮਜ਼ਬੂਤ ਆ ਇਹ, ਘਸ ਜਾਏਗਾ ਨਾ ਵਿੰਗਾ ਹੋਏਗਾ ਨਾ ਟੁੱਟੇਗਾ ਜੀ। ਸਹੀ ਹੋ ਗਿਆ। ਇੱਥੇ ਪਿੰਨ ਪੈਣੀ ਇਹ ਆ ਜਿਹੜੀ, ਇੱਥੇ ਮਜ਼ਬੂਤ, ਤੇ ਡੀਆਂ ਨੂੰ ਮਜ਼ੀਦ ਮਜ਼ਬੂਤ ਕਰਨ ਲਈ ਅਸੀਂ ਆਹ ਸਾਈਡਾਂ ਦੇ ਕੰਨ ਬਣਾਏ ਜੀ, ਆਹ ਜਿਹੜੇ ਇਹਨਾਂ ਨੂੰ ਅਸੀਂ ਇੱਥੇ ਲਾ ਕੇ ਇਹਨਾਂ ਨੂੰ ਵੈਲਡ ਕਰਨਾ ਜੀ। ਅੱਛਾ, ਯਾਨੀ ਕਿ ਮਜ਼ਬੂਤ ਹੋ ਜਾਣਗੇ, ਮਜ਼ਬੂਤ ਹੋਣਗੇ ਇਹ, ਬੜੇ ਜ਼ਬਰਦਸਤ ਹੋ ਜਾਣਗੇ ਜੀ। 6.5 ਸੂਤਰ ਮੋਟੀ ਅਸੀਂ ਪਲੇਟ ਲਾਈ ਆ। ਅੱਛਾ ਜੀ, ਐਕਸਲ ਪਾਇਆ ਜੀ, ਐਕਸਲ ਦੀ ਪਿੰਨ ਘਸ ਜਾਏਗੀ, ਟੁੱਟੇਗੀ ਨਹੀਂ ਇਹ, ਨਾ ਵਿੰਗੀ ਹੋਏਗੀ। ਆਹ ਮੈਂ ਤੁਹਾਨੂੰ ਵਿਖਾਉਣਾ ਜੀ, ਆਹ ਪਲੇਟ ਲੱਗੀ ਹੋਈ ਹੌਲੀ ਆ, ਪਤਾ ਨੀ ਕਿਹਦੀ ਹੁੱਕ ਬਣੀ ਆ ਜੀ। ਆਹ ਵੇਖੋ ਵਕਫਾ ਪੈ ਗਿਆ, ਪਿੱਛੇ ਨੂੰ ਖਿੱਚੀ ਗਈ ਆ। ਸਹੀ ਹੋ ਗਿਆ। ਇਹ ਪਲੇਟ ਹੌਲੀ ਲੱਗਣ ਦੀ ਵਜ੍ਹਾ ਤੋਂ ਆਹ ਡੀਜ਼ਲ ਦਾ ਮੂੰਹ ਨਹੀਂ ਪਟਿਆ ਗਿਆ ਜੀ ਅੱਗੇ। ਹਾਂਜੀ, ਤੇ ਇਹਦੇ ਵਿੱਚ ਇਹ ਕੰਮ ਨਹੀਂ ਹੋਏਗਾ ਜੀ, ਜਿਹੜਾ ਇਹ ਕੰਮ ਹੋਇਆ ਪਿਆ ਨਾ ਜੀ, ਆਹ ਜਿਹੜਾ ਖੁੱਲਿਆ ਪਿਆ ਜਾਂ ਪਿੱਛੇ ਨੂੰ ਖਿੱਚੀ ਪਈ ਆ, ਇਹਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਆਹ ਮਜ਼ਬੂਤੀ ਇਹਦੇ 'ਚ ਕੀਤੀ ਆ ਸਾਰੀ। ਪਲੇਟ ਮੋਟੀ ਲਾਈ ਆ, ਡੀਆਂ ਮੋਟੀਆਂ ਲਾਈਆਂ ਅਸੀਂ। ਤੇ ਭਾਈ ਹੋਰ ਇਹਦਾ ਕੀ ਫਾਇਦਾ ਵਾ ਇਸ ਹੁੱਕ ਦਾ? ਇਹ ਜੀ ਹੁੱਕ ਫਿੱਟ ਕਰਕੇ ਹਾਂਜੀ ਤੁਸੀਂ ਇੱਥੇ ਟਾਪ ਲਿੰਗ ਲਾ ਕੇ ਹਲ ਵੀ ਵਾਹ ਸਕਦੇ ਆ। ਅੱਛਾ ਜੀ, ਥੱਲੋਂ ਕਰਾਸ ਵੀ ਚੱਲ ਸਕਦਾ। ਸਹੀ ਆ, ਰੂਟਰ ਚਲਾਓ, ਥ੍ਰੈਸ਼ਰ ਚਲਾਓ, ਜੋ ਤੁਹਾਡਾ ਦਿਲ ਕਰਦਾ। ਤੇ ਇਹ ਗਰੰਟੀ ਕੀ ਹੈ ਇਸ ਹੁੱਕ ਦੀ? ਹਾਂਜੀ, ਇਸ ਹੁੱਕ ਦੀ ਗਰੰਟੀ ਕੀ ਹੈ? ਗਰੰਟੀ ਲਾਈਫ ਟਾਈਮ ਆ ਜੀ। ਤੇ ਕਿੰਨਾ ਕੁ ਵਜ਼ਨ ਕਿੰਨਾ ਕੁ ਬਰਦਾਸ਼ਤ ਕਰੇ? ਜਿੰਨਾ ਤੁਹਾਡਾ ਦਿਲ ਕਰਦਾ ਜੀ ਵਜ਼ਨ ਪਾ ਲੈ। ਵਜ਼ਨ ਅਸੀਂ ਕਿੰਨਾ ਕੁ, 3-4 ਹਜ਼ਾਰ ਮਨ ਪਾ ਲਈਏ? ਹਾਂਜੀ, 3-4 ਹਜ਼ਾਰ ਮਨ ਪਾ ਦਈਏ, ਜਿੰਨਾ ਦਿਲ ਕਰਦਾ ਪਾਓ ਜੀ। ਅੱਛਾ, ਇਸ ਤੋਂ ਵੀ ਯਾਨੀ ਕਿ ਜਿੰਨਾ ਮਰਜ਼ੀ ਪਾ ਲਈਏ? ਜਿੰਨਾ ਤੁਹਾਡੇ ਟਰਾਲੇ ਤੇ ਲਾ ਦੋ ਨਾ ਵਜ਼ਨ ਪਾਓ ਜੀ। ਤੇ ਆ 60 ਵਾਸਤੇ ਕਿਹੜੀ ਤਿਆਰ ਕਰ ਰਹੇ? 60 ਵਾਸਤੇ ਹੁੱਕ ਆ ਪਈ ਹੈ ਜੀ। ਅੱਛਾ, ਇਹ ਤਿਆਰ ਹੋ ਰਹੀ ਹੈ। ਅੱਛਾ, ਇਹ ਦੱਸੋ ਵੀ ਇਹ ਇੱਥੋਂ ਵਾਸਤੇ ਤਿਆਰ ਹੋ ਰਹੀ ਹੈ, ਜਾਣੀ ਆ ਕਿਤੇ? ਹਾਂਜੀ, ਇਹ ਆਰਡਰ ਦੀ ਤਿਆਰ ਹੋਇਆ ਜੀ, ਆਨਲਾਈਨ ਜਾ ਰਹੀ ਹੈ। ਹਾਂਜੀ, ਜਾ ਕਿੱਥੇ ਰਹੀ ਆ? ਇਹ ਕਮਾਲੀਆ ਜਾ ਰਹੀ ਆ ਜੀ। ਤੇ ਉਹ ਵਾਲੀ ਹੁੱਕ ਜਿਹੜੀ ਉਹ ਕਾਹੜੇ ਜਾ ਰਹੀ ਉਹ? ਤੇ ਉਹ 60 ਵਾਸਤੇ ਕਿਹੜੀ ਤਿਆਰ ਕਰ ਰਹੇ? ਹਾਂਜੀ, ਉਹ 60 ਵਾਸਤੇ ਜਿਹੜੀ ਉਹ ਸਾਹੀਵਾਲ ਜਾਣੀ ਹੁੱਕ ਨਹੀਂ, ਉਹ ਵਾਲੀ ਇੱਥੇ ਦੀ ਮਕਾਮੀ। ਉਹ ਮਕਾਮੀ ਹੁੱਕ ਆ ਜੀ। ਅੱਛਾ, ਉਹ ਮਕਾਮੀ ਹੁੱਕ ਆ ਜਾਣੀ ਆ, ਕਮਾਲੀਏ ਇਹ, ਕਮਾਲੀਏ ਇਹ, ਕਾਹੜੇ ਜਾਣੀ ਆ? ਅੱਛਾ, ਉਹ ਮਕਾਮੀ ਹੁੱਕ ਆ, ਇੱਥੋਂ ਦੀ ਆ। ਸਹੀ। ਤੇ ਭਾਈ ਇਹ ਕਿੰਨੇ ਤਿਆਰ ਹੋਈ ਆ? ਇਹ ਭਾਜਨ 27,500 ਚ ਤਿਆਰ ਹੋਈ ਆ। 27,500 ਦੇ ਇਹ ਵੈਸੇ ਅਗਰ ਯਾਨੀ ਕਿ ਇਹਦਾ ਤੋਲ ਦਾ ਹਿਸਾਬ ਲਾਈਏ ਤੇ ਕਿੰਨੇ ਚ ਬਣ ਜੇ? ਇਹ ਤਕਰੀਬਨ ਜੀ ਇਹਦਾ ਵਜ਼ਨ ਹੋ ਜਾਣਾ ਤਕਰੀਬਨ
53-54-55 ਕਿਲੋ ਸਹੀ ਹੋ ਲਾਗੇ ਤਾਂ ਪਤਾ ਲੱਗੇਗਾ ਤੇ 515 ਰੁਪਏ ਕਿਲੋ ਹੈ ਜੀ ਤੇ ਆ ਜਿਹੜੀ ਆ ਇਹਦਾ ਵਜ਼ਨ ਵੀ ਇੰਨਾ ਹੀ ਹੋ ਜਾਣਾ ਜੀ ਇਹ ਥੋੜੀ ਜਿਹੀ ਭਾਰੀ ਹੋਏਗੀ ਸੱਠੇ ਦੀ ਆ ਅੱਛਾ ਇਹ ਤਕਰੀਬਨ 28000 ਦੀ ਹੁੱਕ ਤਿਆਰ ਹੋਣੀ ਯਾਨੀ ਕਿ ਕੋਈ ਇੰਨਾ ਖਾਸ ਫਰਕ ਕੋਈ ਨਹੀਂ ਖਾਸ ਫਰਕ ਨਹੀਂ ਉਹਦੇ ਨਾਲ ਇਹਦੇ ਚ ਮਜ਼ਬੂਤੀ ਜ਼ਿਆਦਾ 240 ਦੀ ਆ ਇਹ 60 ਟਰੈਕਟਰ ਦੀ ਆ ਇਹ ਚਲੋ ਆਪਣਾ ਮੋਬਾਈਲ ਨੰਬਰ ਦਿਓ ਜੀ 0308 88 58 063 ਮੀਆਂ ਚੰਨੂ